ਅੰਮ੍ਰਿਤਸਰ ਸੈਕਟਰ ਵਿੱਚ ਕਮਾਂਤਰੀ ਸਰਹੱਦ ਤੇ ਪਰੋਪਾਲ ਬੀਓਪੀ ਇਲਾਕੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਬੀਤੀ ਰਾਤ ਇੱਕ ਪਾਕਿਸਤਾਨੀ ਡਰੋਨ ਨੂੰ ਮਾਰਗਰਾਇਆ ਅਤੇ ਸਵੇਰੇ ਇਲਾਕੇ ਦੀ ਖੋਜ ਵਿੱਚੋਂ ਮਗਰੋਂ ਬੀਐਸਐਫ ਨੂੰ ਤਕਰੀਬਨ 10 ਕਿਲੋ ਹੈਰੋਇਨ ਬਰਾਮਦ ਹੋਈ ਕਮਾਂਤਰੀ ਬਾਜ਼ਾਰ ਵਿੱਚ ਇਸਦੀ ਕੀਮਤ ਕੋਈ 74 ਕਰੋੜ ਰੁਪਏ ਦੱਸੀ ਜਾਂਦੀ ਏ ਬੀਐਸਐਫ ਦੇ ਡੀਆਈਜੀ ਭੁਪਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣ ਕੇ ਫਾਇਰਿੰਗ ਕੀਤੀ ਸਵੇਰੇ ਚਲਾਏ ਗਏ ਖੋਜ ਅਭਿਆਨ ਵਿੱਚ ਚੀਨ ਦਾ ਬਣਿਆ ਡਰੋਨ ਤੇ ਇੱਕ ਬੈਗ ਮਿਲਿਆ ਜਿਸ ਵਿੱਚ ਇਹ ਹੈਰੋਇਨ ਭੰਸੀ ਉਹਨਾਂ ਨੇ ਕਿਹਾ ਕਿ ਜਵਾਨਾਂ ਨੇ 9 ਰਾਉਂਡ ਫਾਇਰ ਕੀਤੇ। ਉਹਨਾਂ ਇਸ ਡਰੋਨ ਅਤੇ ਹੈਰੋਇਨ ਦੀ ਖੇਪ ਦੀ ਬਰਾਮਦਗੀ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਡਰੋਨ ਨਾਲ ਹੈਰੋਇਨ ਵੀ ਫੜੀ ਗਈ ਏ। ਇਹ ਡਰੋਨ ਤਕਰੀਬਨ 1 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤੀ ਇਲਾਕੇ ਵਿੱਚ ਦਾਖਲ ਹੋਇਆ ਸੀ। ਭੁਪਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਹਰ ਮਨਸੂਬੇ ਨੂੰ ناکਾਮ ਕਰਨ ਲਈ ਬੀਐਸਐਫ ਦੇ ਜਵਾਨ ਪੂਰੀ ਤਰ੍ਹਾਂ ਮੁਸਤੈਦ ਨੇ। ਹਮੇ ਇੱਕ ਹੈਕਜ਼ਾਕਟਰ ਡਰੋਨ जो कि काफ़ी बड़ा है साइज में वो प्राप्त हुआ उसके साथ एक बैग टंगा हुआ था एक सिस्टम है उनका उस बैग टंगा हुआ था चार बैटरीज एक्स्ट्रा लगाई हुई थी उसके ऊपर और बैग को जब हमने खोल के देखा तो उसके अंदर लगभग दस किलो हीरोइन उसके अंदर स्मगल करने की कर कोशिश की जा रही थी तो बी एस एफ टोटल सीजर जो है एक बड़ा हेजाकॉप्टर ड्रोन और साथ में दस किलो हरोइन फिर सामान ਆ ਜੋ ਪਾਸੇ تھا ਇੱਕ ਬੋਰੀ थी जिसके अंदर सामान था वो बोरी पे पाकिस्तान के आ, कुछ उनके मार्क्स है